ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਰਾਤ ਦੇ ਮੌਸਮ ਦੀ ਅਪਡੇਟ ਲੈ ਕੇ ਹਾਜ਼ਰਾਂ 31 ਮਈ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਕੀ ਹਲਚਲ ਮੌਸਮ ਦੀ ਹੈ ਕਿਹੜੇ ਇਲਾਕਿਆਂ ਵਿੱਚ ਬੱਦਲਵਾਈ ਅਤੇ ਮੀਂਹ ਦੀਆਂ ਗਤੀਵਿਧੀਆਂ ਜੋ ਪਿਛਲੇ ਕਾਫੀ ਘੰਟੇ ਤੋਂ ਜਾਰੀ ਨੇ ਤੇ ਅਗਲੇ ਘੰਟਿਆਂ ਵਿੱਚ ਵੀ ਜਾਰੀ ਰਹਿਣਗੇ ਕਿਹੜੇ ਜ਼ਿਲ੍ਹਿਆਂ ਵਿੱਚ ਮੌਸਮ ਸਾਫ਼ ਰਹੇਗਾ ਸੋ ਪਹਿਲਾਂ ਉਹਨਾਂ ਿਲਾਕਿਆਂ ਦੀ ਗੱਲ ਕਰੀ ਜਿਨ੍ਹਾਂ ਵਿੱਚ ਦੇਰ ਸ਼ਾਮ ਦੇ ਪਹਿਲੇ ਘੰਟੇ ਜਾਂ ਰਾਤ ਦੇ ਲਗਭਗ 10-11 ਵਜੇ ਤੱਕ ਮੌਸਮ ਸਾਫ਼ ਰਹਿਣ ਦੇ ਸਾਰ ਨੇ ਇਹਦੇ ਵਿੱਚ ਮੇਨ ਤੌਰ ਤੇ ਪੰਜਾਬ ਦਾ ਦੱਖਣ ਪੱਛਮੀ ਕੁਝ ਹਿੱਸਾ ਹੋਵੇਗਾ ਜਿਹਦੇ ਵਿੱਚ ਫਾਜ਼ਿਲਕਾ ਫਰੀਦਕੋਟ ਕੁਝ ਭਾਗ ਮੁਕਸਰ ਸਾਹਿਬ ਦੇ ਮਾਨਸੇ ਬਠਿੰਡੇ ਦੇ ਭਾਗ ਹੋ ਕੇ ਸੰਗਰੂਰ ਦੇ ਇਲਾਕੇ ਸੋ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਮੌਸਮ ਥੋੜਾ ਜਿਹਾ ਸੁਧਰਿਆ ਹੋਇਆ ਦੇਖਣ ਨੂੰ ਮਿਲੇਗਾ ਟੁੱਟਮੀ ਬੱਦਲਬਾਈ ਰਹੇਗੀ ਕੁਝ ਇਲਾਕਿਆਂ ਵਿੱਚ ਥੋੜੀ ਬਹੁਤ ਕਿਣਮਣ ਹੋ ਸਕਦੀ ਹੈ ਹਲਕੀ ਪੈਚੀ ਰੂਪ ਵਿੱਚ ਤੇ ਕੁਝ ਇਲਾਕਿਆਂ ਵਿੱਚ ਮੌਸਮ ਸਾਫ਼ ਵੀ ਰਹੇਗਾ ਉਸ ਤੋਂ ਮਨਾ ਹੁਣ ਮੀਂਹ ਦੀਆਂ ਗੱਲਾਂ ਗਰੀਏ ਤਾਂ ਅੱਧੀ ਰਾਤ ਦੇ ਆਸ-ਪਾਸ ਤਾਂ ਕਿਹੜਾ ਮੀਂਹ ਪੰਜਾਬ ਦੇ ਵਿੱਚ ਮੇਨ ਤੌਰ ਤੇ ਮਾਝੇ ਦਾ ਖੇਤਰ ਦੋਆਬੇ ਦਾ ਹੋ ਗਿਆ ਤੇ ਆਪਣਾ ਜੋ ਉੱਤਰ ਪੂਰਬੀ ਮਾਲਵੇ ਦਾ ਲੱਕ ਹੈ ਇਹਨਾਂ ਸਾਰੇ ਹੀ ਭਾਗਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਬਦਲਵਾਈ ਨਾਲ ਜ਼ਰੂਰੀ ਹਨਗੇ ਮੀਂਹ ਹਾਲਾਂਕਿ ਬਹੁਤ ਜ਼ਿਆਦਾ ਭਾਰੀ ਨਹੀਂ ਹੋਵੇਗਾ ਕੁਝ ਭਾਗਾਂ ਵਿੱਚ ਦਰਮਿਆਨਾ ਤੇ ਕੁਝ ਇਲਾਕਿਆਂ ਵਿੱਚ ਕਿਣਮਣਾਂ ਜਿਹੜੀ ਥੋੜੀ ਜਿਹੀ ਲੰਬੇ ਸਮੇਂ ਤੱਕ ਛਿੜੀ ਨਮਾ ਰੂਪ ਵਿੱਚ ਦਿਖਣ ਨੂੰ ਮਿਲ ਸਕਦੀ ਹੈ ਤੇ ਅੱਧੀ ਰਾਤ ਤੱਕ ਇਹਨਾਂ ਇਲਾਕਿਆਂ ਵਿੱਚ ਮੌਸਮ ਵਿਗੜਿਆ ਰਹੇਗਾ ਜਿਵੇਂ ਮਾਝਾ ਦੁਆਬਾ ਲੁਧਿਆਣਾ ਜ਼ਿਲ੍ਹੇ ਦੇ ਇਲਾਕੇ ਹੋਗੇ ਇਸ ਤੋਂ ਇਲਾਵਾ ਕੁਝ ਚੰਡੀਗੜ੍ਹ ਮੋਹਾਲੀ ਪਟਿਆਲਾ ਸਾਈਡ ਦੇ ਇਲਾਕੇ ਮਲੇਰ ਕੋਟਲਾ ਹੋ ਗਿਆ ਕੁਝ ਭਾਗ ਬਰਨਾਲੇ ਦੇ ਹੋਗੇ ਐਸਬੀਐਸ ਹੋਊਗਾ ਨਗਰ ਨਵਾਂ ਸ਼ਹਿਰ ਤੱਕ ਦੇ ਜੋ ਨੰਗਲ ਅਨੰਦਪੁਰ ਸਾਈਡ ਦੇ ਇਲਾਕੇ ਨੇ ਉਹਨਾਂ ਭਾਗਾਂ ਦੇ ਵਿੱਚ ਇਹ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਅੱਧੀ ਰਾਤ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਥੋੜੀ ਜਿਹੀ ਬੱਦਲਬਾਜ਼ੀ ਦੇਖਣ ਨੂੰ ਮਿਲੂਗੀ ਜੋ ਦੱਖਣ ਪੱਛਮੀ ਹਿੱਸੇ ਥੋੜੇ ਜੇ ਹੁਣ ਮੌਸਮ ਸਾਫ਼ ਹੈ ਇਹਨਾਂ ਇਲਾਕਿਆਂ ਦੇ ਵਿੱਚ ਵੀ 10 11 ਵਜੇ ਦੇ ਆਸ-ਪਾਸ ਤੋਂ ਬਾਅਦ ਜਿਹੜਾ ਮੌਸਮ ਥੋੜਾ ਜਿਹਾ ਬਦਲਦਾ ਦੇਖਣ ਨੂੰ ਮਿਲੂਗਾ ਫਿਰ ਹਨੇਰੀ ਮੀਂਹ ਦੇ ਹਾਲਾਤ ਬਣ ਸਕਦੇ ਨੇ ਬੱਦਲਬਾਜ਼ੀ ਨਾਲ ਮੀਂਹ ਦੇ ਸ਼ਰਾਟੇ ਦਰਮਿਆਨ ਦਾ ਪੱਦਰ ਦਾ ਮੀਂਹ ਇਹਨਾਂ ਪਾਗਾਂ ਵਿੱਚ ਵੀ ਦੇਖਣ ਨੂੰ ਮਿਲੇਗਾ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਅੱਜ ਰਾਤ ਸਮੇਂ ਜਿਹੜਾ ਪੰਜਾਬ ਦਾ ਮੌਸਮ ਹੈ ਇਸੇ ਤਰ੍ਹਾਂ ਬੱਦਲਵਾਈ ਅਤੇ ਮੀਂਹ ਦਾ ਵਾਲਾ ਬਣਿਆ ਰਹੇਗਾ ਮੀਂਹ ਹਲਕਾ ਫੁਲਕਾ ਕੁਝ ਹਿੱਸਿਆਂ ਵਿੱਚ ਕੁਝ ਵਿੱਚ ਦਰਮਿਆਨਾ ਰਹੂਗਾ ਥੋੜੇ ਬਹੁਤ ਇਲਾਕੇ ਮੀਂਹ ਤੋਂ ਖੁਸ਼ਕ ਵੀ ਰਹਣਗੇ ਪਰ ਬੱਦਲਾਂ ਦੀ ਜਿਹੜੀ ਆਵਾਜ਼ ਆਈ ਹੈ ਮੌਸਮੀ ਹਾਲਾਤ ਚੱਲ ਗਤੀਵਿਧੀਆਂ ਨੇ ਇਹ ਚ ਲਗਾਤਾਰ ਲਗਭਗ ਇਸ ਤਰ੍ਹਾਂ ਜਾਰੀ ਰਹਿਣਗੀਆਂ ਤੇ ਬਾਕੀ ਜਿਹੜੀ ਕੱਲ ਸਵੇਰ ਦੀ ਅਪਡੇਟ ਆਉ ਕੱਲ ਦੀ ਵੀਡੀਓ ਵਿੱਚ ਫਿਰ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ ਜੀ